ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਨਵਰੂਪ ਕੌਰ ਹੈ ਅਤੇ ਮੇਰੇ ਪਿਤਾ ਦਾ ਨਾਮ ਸੁਖਪਾਲ ਸਿੰਘ ਹੈ ਅਤੇ ਮੈਂ 9ਵੀਂ ਜਮਾਤ ਦੀ ਵਿਦਿਆਰਥਣ ਹਾਂ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉਪਦੇਸ਼। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ 1 ਅਪ੍ਰੈਲ 1621 ਈਸਵੀ ਨੂੰ ਹੋਇਆ 1621 ਈਸਵੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਆਪ ਗੁਰੂ ਤੇਗ ਬਹਾਦਰ ਜੀ ਦੇ 5ਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲਾਂ ਦੇ ਕਰੀਬ ਦਾ ਸਮਾਂ ਅੰਮ੍ਰਿਤਸਰ ਸਾਹਿਬ ਵਿਖੇ ਹੀ ਗੁਜ਼ਾਰਿਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਉਪਦੇਸ਼ ਉਸਤਤ ਨਿੰਦਾ ਤਉ ਤਿਆਗਿਆ। ਇਹ ਪੰਕਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 219 ਅੰਗ ਉੱਪਰ ਦਰਜ ਹੈ। ਇਸ ਵਿੱਚ ਮਹਾਰਾਜ ਸਾਨੂੰ ਉਸਤਤ ਅਤੇ ਨਿੰਦਿਆ ਦੋਹਾਂ ਨੂੰ ਤਿਆਗਣ ਦਾ ਉਪਦੇਸ਼ ਦਿੰਦੇ ਹਨ। ਉਸਤਤ ਦਾ ਅਰਥ ਹੈ ਵਡਿਆਈ, ਸਿਫਤ ਜਾਂ ਖੁਸ਼ਾਮਦ। ਨਿੰਦਿਆ ਦਾ ਅਰਥ ਹੈ ਕਿਸੇ ਨੂੰ ਬੁਰਾ ਭੈੜਾ ਕਹਿਣਾ। ਅੱਜ ਕੱਲ੍ਹ ਆਮ ਕਰਕੇ ਅਸਲ ਗੱਲ ਨੂੰ ਵਧਾ ਚੜ੍ਹਾ ਕੇ ਪ੍ਰਗਟ ਕਰਨ ਨੂੰ ਜਿੱਥੇ ਉਸਤਤ ਕਿਹਾ ਜਾਂਦਾ ਹੈ, ਉੱਥੇ ਅਸਲ ਗੱਲ ਨੂੰ ਘਟਾ ਕੇ ਜਾਂ ਭੰਨ ਤਰੋੜ ਕੇ ਪ੍ਰਗਟ ਕਰਨ ਨੂੰ ਮੋਟੇ ਅੱਖਰਾਂ ਵਿੱਚ ਅਸੀਂ ਨਿੰਦਿਆ ਕਹਿ ਸਕਦੇ ਹਾਂ। ਜਦ ਅਸੀਂ ਕਿਸੇ ਦੀ ਕੋਈ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਇਸ ਤਰ੍ਹਾਂ ਪ੍ਰਗਟ ਕਰਦੇ ਹਾਂ, ਮਾਨੋ ਉਹ ਮਨੁੱਖ ਨਿਰਾ ਚੰਗਿਆਈ ਦਾ ਪੁਤਲਾ ਹੈ, ਤਾਂ ਇਹ ਉਸਤਤ ਝੂਠੀ ਹੁੰਦੀ ਹੈ। ਇਸ ਨੂੰ ਖੁਸ਼ਾਮਾਦ ਵੀ ਕਹਿੰਦੇ ਹਨ। ਇਸੇ ਤਰ੍ਹਾਂ ਕਿਸੇ ਵੀ ਮਾੜੀ ਮੋਟੀ ਗੱਲ ਜਾਂ ਕਮਜ਼ੋਰੀ ਲਈ ਅਸੀਂ ਜਦ ਅਸੀਂ ਕਿਸੇ ਮਾੜੀ ਮੋਟੀ ਗਲਤੀ ਜਾਂ ਕਮਜ਼ੋਰੀ ਨੂੰ ਵਧਾ ਚੜ੍ਹਾ ਕੇ ਪ੍ਰਗਟ ਕਰਦੇ ਹਾਂ ਤਾਂ ਇਹ ਨਿੰਦਿਆ ਹੁੰਦੀ ਹੈ, ਇਹ ਵੀ ਝੂਠੀ ਹੁੰਦਾ ਹੈ। ਸੋ ਇਸ ਤਰ੍ਹਾਂ ਉਸਤਤ ਅਤੇ ਨਿੰਦਿਆ ਜਿਸ ਵਿੱਚ ਝੂਠ ਹੋਵੇ, ਗੁਰੂ ਜੀ ਸਾਨੂੰ ਉਸ ਨੂੰ ਤਿਆਗਣ ਦਾ ਉਪਦੇਸ਼ ਦਿੰਦੇ ਹਨ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਕ ਹੋਰ ਬਾਣੀ ਵਿੱਚ ਲਿਖਦੇ ਹਨ, ਕੂੜ ਬੋਲ ਬਿਖ ਖਾਵਨੀ ਬਹੁ ਦੇਵੇ ਕਾਰਾ ਰਾਮ। ਕੂੜ ਬੋਲ ਬਿਖ ਖਾਵਨੀ ਬਹੁ ਵਧੇ ਵਿਕਾਰਾ ਰਾਮ। ਭਾਵ ਝੂਠ ਬੋਲ ਬੋਲ ਕੇ ਆਤਮਕ ਮੌਤ ਲਿਆਉਣ ਵਾਲੇ ਮੋਹ ਦੀ ਜ਼ਹਿਰ ਖਾਧੀ ਜਾਂਦੀ ਹੈ, ਜਿਸ ਕਰਕੇ ਮਨੁੱਖ ਅੰਦਰ ਅਨੇਕਾਂ ਵਿਕਾਰ ਵਧਦੇ ਜਾਂਦੇ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਜੋ ਵੀ ਗੱਲ ਕਰੀਏ ਉਸਨੂੰ ਨਾ ਵਧਾ ਕੇ ਕਰੀਏ ਨਾ ਘਟਾ ਕੇ ਕਰੀਏ, ਪਰ ਜਿਨ੍ਹਾਂ ਲੋਕਾਂ ਨੂੰ ਗੱਲਾਂ ਵਧਾ ਕੇ ਕਰਨ ਜਾਂ ਘਟਾ ਕੇ ਕਰਨ ਦਾ ਸਵਾਦ ਪੈ ਜਾਏ, ਉਹ ਕਿਸ ਤਰ੍ਹਾਂ ਹਟ ਸਕਦੇ ਹਨ? ਐਸੇ ਲੋਕ ਨਾ ਸਿਫਤ ਕਰਨ ਵੇਲੇ ਅੱਗਾ ਪਿੱਛਾ ਵੇਖਦੇ ਹਨ ਅਤੇ ਨਾ ਹੀ ਨਿੰਦਿਆ ਕਰਨ ਵੇਲੇ ਅੱਗਾ ਪਿੱਛਾ ਵੇਖਦੇ ਹਨ, ਸਗੋਂ ਉਹ ਹੋਰ ਸਵਾਦ ਲਾ ਲਾ ਕੇ ਮਸਾਲੇ ਲਾ ਲਾ ਕੇ ਇਸ ਤਰ੍ਹਾਂ ਨਿੰਦਿਆ ਅਤੇ ਉਸਤਤ ਕਰਕੇ ਆਪਣਾ ਕੀਮਤੀ ਸਮਾਂ ਨਸ਼ਟ ਕਰ ਲੈਂਦੇ ਹਨ ਅਤੇ ਆਪਣਾ ਮਨ ਵੀ ਮੈਲਾ ਕਰੀ ਜਾਂਦੇ ਹਨ। ਇਸੇ ਤਰ੍ਹਾਂ ਦੀ ਨਿੰਦਿਆ ਅਤੇ ਉਸਤਤ ਕਰਨ ਦੀ ਆਦਤ ਵਾਲੇ ਮਨੁੱਖ ਨੂੰ ਬਾਰ ਬਾਰ ਝੂਠ ਬੋਲਣਾ ਪੈਂਦਾ ਹੈ। ਜਿਉਂ ਜਿਉਂ ਉਹ ਝੂਠ ਬੋਲਦਾ ਹੈ ਤਿਉਂ ਤਾਂ ਉਸਦਾ ਮਨ ਵਿਕਾਰਾਂ ਨਾਲ ਮੈਲਾ ਹੋਈ ਜਾਂਦਾ ਹੈ। ਅੱਜ ਲੋੜ ਹੈ ਸੰਸਾਰ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਦਰਸਾਏ ਮਾਰਗ 'ਤੇ ਪਾਏ ਪੂਰਨਿਆਂ 'ਤੇ ਚੱਲਣ ਦੀ। ਗੁਰੂ ਤੇਗ ਬਹਾਦਰ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲ ਕੇ ਸੰਸਾਰ ਅੰਦਰ ਸ਼ਾਂਤੀ ਕਾਇਮ ਹੋ ਸਕਦੀ ਹੈ। ਇਸ ਲਈ ਸਾਨੂੰ ਗੁਰੂ ਤੇਗ ਬਹਾਦਰ ਜੀ ਦੁਆਰਾ ਦਿੱਤੇ ਗਏ ਉਪਦੇਸ਼ ਉੱਪਰ ਚੱਲਣਾ ਚਾਹੀਦਾ ਹੈ ਤਾਂ ਜੋ ਸੰਸਾਰ ਅੰਦਰ ਸ਼ਾਂਤੀ ਕਾਇਮ ਹੋ ਸਕੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।